ਇਹ ਕਿਦਾਂ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਭਾਈ ਦੇ ਅਟੈਚ ਸੌਂਗ ਤੇ 뮤직 ਦੇ ਬਾਰੇ ਇਹਦਾ 뮤직 ਚੇਂਜ ਕਰਤਾ ਗਿਆ ਹੈ ਇਹਦੇ ਬਿਹਾਈਂਡ ਦਾ ਸੀਨਸ ਤੇ ਜੋ ਜੋ ਹਨੀ ਸਿੰਘ ਨੇ ਸਿੱਧੂ ਮੂਸੇਵਾਲੇ ਭਾਈ ਦੇ ਬਾਰੇ ਕੀ ਕੁਛ ਕਿਹਾ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਨਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਸਾਹਮਣੇ ਪਹਿਲਾਂ ਆਪਾਂ ਗੱਲ ਕਰਨ ਦੇ ਨੇ ਰੀਸੈਂਟਲੀ ਹਨੀ ਸਿੰਘ ਪਾਜੀ ਆਦੀ ਗਦੋਰੀ ਐਲਬਮ ਦੀ ਪ੍ਰੋਮੋਸ਼ਨਸ ਵਾਸਤੇ ਮਲਟੀਪਲ ਇੰਟਰਵਿਊਸ ਦੇ ਰਹੇ ਨੇ ਜਿਨ੍ਹਾਂ ਚ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਜਿੱਤੇ ਚ ਸਿੱਧੂ ਮੂਸੇਵਾਲੇ ਭਾਈ ਕਰਨ ਵਾਲਾ ਤੇ ਜੀ ਤੋਂ ਸਾਂਝ ਪਾਜੀ ਦੇ ਬਾਰੇ ਗੱਲ ਕਰ ਰਹੇ ਨੇ ਹਨੀ ਸਿੰਘ ਪਾਜੀ ਕੋਲ ਜਦੋਂ ਕਰਨ ਹੋ ਜਾਂਦਾ ਤੇ ਜੀ ਤੋਂ ਸਾਂਝ ਪਾਜੀ ਤੋਂ ਉਹਨਾਂ ਦੇ ਬਾਰੇ ਕੰਪੇਅਰ ਕਰਕੇ ਪੁੱਛਿਆ ਜਾਂਦਾ ਹੈ

ਪਾਇ ਇੱਕ ਹੋਰ ਅਨਐਕਸਪੈਕਟਿਡ ਜੇ ਕੋਲਾਬ ਦੇ ਬਾਰੇ ਗੱਲ ਕਰਨੇ ਜੋ ਕਿ GTA 6 ਤੋਂ ਪਹਿਰੇ ਆਪਰ ਜੈਸੀ ਵੀ ਤੇ ਇਹ ਪਿਟੋਲੋਨੀ ਵੇਖਣ ਨੂੰ ਮਿਲੀ ਹੈ ਆਹਾਹਾ ਬਰਾਊਨ ਪ੍ਰਿੰਟਸ ਇਹ ਪੀ ਕਾਫੀ ਕ੍ਰੇਜ਼ੀ ਹੋਣ ਜਾ ਰਹੀ ਹੈ ਤੇ ਕਾਫੀ ਅਨਐਕਸਪੈਕਟਿਡ ਕੋਲਾਬਰੇਸ਼ਨ ਹਨ ਜਿਵੇਂ ਅਮਰੀਕਨ ਆਰਟਿਸਟ ਗੁਨਾ ਦੀ ਐਪਿਟੋਲੋਨਾ ਕੋਲਾਬ ਇੱਕ ਹੋਰ ਪੋਰਾ ਬੋਰਾ ਟਰੈਕ ਉਹਦੇ ਵਿੱਚ ਵੀ ਫੀਮੇਲ ਆਰਟਿਸਟ ਹੈਗੀ ਐਪਿਟੋਲੋਨਾ ਨਾਲ ਕੋਲਾਬ ਕਰਨੇ ਪਰ ਤੋਂ ਜੈਸੀ ਵੀ ਆਹਾਹਾ ਪਤਾ ਨਹੀਂ ਗੁਰਿੰਦਰ ਗੈਂਦ ਨੂੰ ਮੈਂ ਐਂਡ ਤੱਕ ਰਿਵੀਲ ਕਰ ਦੇਣਗੇ ਜਾਂ ਸਰਪ੍ਰਾਈਜ਼ ਦੇਣਗੇ ਮੈਂ ਵੀ ਗੁਰਿੰਦਰ ਗੈਂਦ ਨੂੰ ਆਪਾਂ ਦੀ ਪਿੱਛੇ ਵੇਖਾਂਗੇ ਕੁਝ ਵੀ ਹੋ ਸਕਦਾ ਯਾਰ ਹੁਣ ਆਪਾਂ ਅਟੈਚ ਗਾਣੇ ਦੇ ਬਿਹਾਈਂਡ ਦਾ ਸੀਨਸ ਦੀ ਗੱਲ ਕਰਨੀ ਹੈ ਤੇ ਕਿ ਗਾਣੇ ਦੇ ਬਿਹਾਈਂਡ ਦਾ ਸੀਨਸ 2021 ਦੇ ਸ਼ੇਅਰ ਕੀਤੇ ਗਏ ਨੇ ਇਹਨਾਂ ਨੂੰ ਆਪਾਂ ਕਿਤੇ ਵੀ ੀਕਾਉਟ ਨਹੀਂ ਕਰ ਰਹੇ ਹੈ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਜਸਟ ਉਹਨਾਂ ਨੂੰ ਮੈਂ ਐਕਸਪਲੇਨ ਕਰ ਦੇਣਾ ਜੀ ਕਿ ਆਪਾਂ ਨੂੰ ਸਟੀਲ ਬੈਂਗਲਸ ਪਲੇ ਕਰਦੇ ਵੀ ਨਜ਼ਰ ਆਣੇ ਆ ਜੀ ਬਸ ਸਤੂ ਮੋਹ ਸੇ ਭਾਈ ਤੇ ਸਟੀਲ ਬੈਂਗਲਸ ਤੇ ਮਲਟੀਪਲ ਗਰਲਸ ਡਾਈਨਿੰਗ ਟੇਬਲ ਤੇ ਬੈਠ ਲੰਡਨ ਨਾਲ ਉਥੇ ਡਿਨਰ ਚੱਲ ਰਿਹਾ ਹੁੰਦਾ ਵਾਓ ਫਿਰ ਇੱਕ ਥਾਂ ਆਪਾਂ ਨੂੰ ਸਤੰਗੂਸ ਵਾਲ ਬਾਈ ਅਗੇਨ ਗਾਣੇ ਦੀ ਹੁੱਕ ਲਾਈਨ ਗਾਣੇ ਨਜ਼ਰ ਆਣਨ ਤਰੀਪਿਛ ਬੈਕਗ੍ਰਾਉਂਡ ਦੇ ਵਿੱਚ ਡਿਫਰੈਂਟ ਰੀਜਨਸ ਦੇ ਗਰਲਸ ਮੇਕਰ ਨੂੰ ਮਿਲਦੀਆਂ ਨੇ ਜਿਨ੍ਹਾਂ ਚ ਬਲੈਕ ਵਾਈਟ ਹਰ ਤਰ੍ਹਾਂ ਦੀ ਫੀਮੇਲ ਮਾਡਲਸ ਦੇਕਰ ਨੂੰ ਮਿਲਦੀਆਂ ਨੇ ਗਾਣੇ ਚ ਆਪਾਂ ਨੂੰ ਆਏ 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 ਵਿਕ ਜਗ੍ਹਾ ਤੇ ਸਤੰਗੂਸ ਵਾਲ ਬਾਈ ਦਾ ਕਿਡ ਪਾਇ ਦਿਨਾ ਬੈਠੇ ਹੁੰਦੇ ਨੇ ਸਾਹਮਣੇ ਇੱਕ ਮੈਂਸ਼ਨ ਦਾ ਸੀਨ ਦਿਖਾਇਆ ਜਾਂਦਾ ਉਸ ਤੋਂ ਬਾਅਦ ਸਤੰਗੂਸ ਵਾਲ ਬਾਈ ਲੈਂਬਰ ਕਿਨੀ ਤੇ ਆਨ ਨੂੰ ਮਲਟੀਪਲ ਚੀਜ਼ਾਂ ਨਹੀਂ ਦਫਰ ਨੂੰ ਅਟੈਚ Song ਦੇ ਵਿੱਚ ਦੇਖਣ ਨੂੰ ਮ ਔਰ ਐਂਡ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਅਟੈਚ ਕਰਨ ਦਾ میوزਿਕ ਚੇਂਜ ਕਰਤਾ ਗਿਆ ਹੈ ਜਿਵੇਂ ਕਿ ਡਿਵਾਈਨ ਨੇ ਆਦੀ ਇਹ ਜੋਰਨ ਟ੍ਰੈਕ ਦਾ ਰਿਲੀਜ਼ ਤੇ ਪਹਿਨੇ ਉਹਦਾ ਸਨੀਪਟ ਸੁਣਾਇਆ ਸੀ ਬਾਅਦ ਚੋਂ ਦਾ میوزਿਕ ਵੀ ਚੇਂਜ ਕਰਤਾ ਸੀ ਬਟ ਆਪਾਂ ਨੂੰ ਅਟੈਚ ਟ੍ਰੈਕ ਦਾ ਸਨੀਪਟ ਤਾਂ ਕਿਤੇ ਵੀ ਸੁਣਨ ਨੂੰ ਨਹੀਂ ਮਿਲਿਆ ਲੇਕਿਨ ਸਟਰੀ ਪੈਗਸ ਬਾਈ ਨੇ ਆ ਜਾਦੀ ਇੰਸਟਾਗ੍ਰਾਮ ਸਟੋਰੀ ਜਾਈ ਜਿੱਥੇ ਚਲੋ ਜੀ ਮਿਊਜ਼ਿਕ ਮਾਸਟਰਿੰਗ ਦੀ ਇੱਕ ਸਕਰੀਨ ਨੂੰ ਸ਼ੇਅਰ ਕਰਤਾ ਹੈ ਲਿਖਿਆ ਹੈ ਕਿ ਫਾਈਨਲ ਟੱਚਸ ਹੈਸ਼ਟੈਗ ਨਿਊ ਮਿਊਜ਼ਿਕ ਸੋ ਥੋ ਅਗਰ ਆਪਾਂ ਅੰਦਾਜ਼ਾ ਲਾਈਏ ਇਨਕੋ ਆ ਰਹੇ ਆ ਇੰਡੀਪੈਂਡੈਂਟ ਨਿਊ ਮਿਊਜ਼ਿਕ ਦੀ ਗੱ ਸੋ ਦੇ ਮਿਊਜ਼ਿਕ ਨੇ ਫਾਈਨਲ ਟੱਚਸ ਦੇ ਰਹਿਣ ਕੋਈ اور ਯੂ نو ਦਾ ਹੈਸ਼ਟੈਗ ਨਿਊ ਮਿਊਜ਼ਿਕ ਆ ਗਿਆ ਜੋ ਕਿ ਅੱਧੀ 10 ਨੂੰ ਰਿਲੀਜ਼ ਹੋਣਾ ਹੈ ਬੱਤ ਸਹੀ ਹੈ ਸੋ ਐਕਸਪੈਕਟ ਕਰਨੇ ਹੈ ਕਿ ਇਹ ਮਿਊਜ਼ਿਕ ਅੱਛਾ ਹੀ ਹੋਏਗਾ ਸਾਥ ਕਰੋ ਦੱਸਿਓ ਉਹਨਾਂ ਨੂੰ ਪਰਾਉਣਾ ਥੋੜਾ ਥੇੜ ਆ ਗਿਆ